को कहिए नानका, को कहिए नानका। को कहिए नानका, को कहिए नानका, को कहिए नानका, को कहिए नानका, कहिए नानका, को कहिए नानका, को कहिए नानका, को कहिए नानका। दूजा काहे को, दूजा काहे को प्यारे, दूजा काहे को, दूजा काहे को प्यारे, दूजा काहे को, दूजा काहे को प्यारे, दूजा काहे को, दूजा काहे को। एको कहिए नानका, एको कहिए नानका, एको कहिए नानका, एको कहिए नानका। एको कहिए नानका, कहिए नानका, एको कहिए नानका, कहिए नानका, एको कहिए नानका, एको कहिए नानका, एको कहिए नानका, एको कहिए नानका। को कहिए नानका, 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 को कहिए नानका। आपे पट्टी कलम आप पर लेख भी तू, एको कहिए नानका, दूजा काहे को। परम सत्कार योग गुरु की साजी नवाजी गुरु प्यारी खालसा जी फतेह बुलाओ। वाहिगुरु जी का खालसा, वाहिगुरु जी की फतेह। आप जी काफ़ी लंबे समय तो सत पुरशा तो प्रवचन सरवण कर रहे हो। मेरे तो पहला बड़े ही प्यार दी मूर्त स्वामी शंकरानंद जी किन्ना खोल खोल के समझा रहे सी कि एक पक्ष है हनेरा है, दूजा पक्ष प्रकाश है।
ਸੋ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸੇ ਪਾਤਸ਼ਾਹੀਆਂ ਤੱਕ ਇਹੋ ਹੀ ਉਪਦੇਸ਼ ਦੇ ਰਹੇ ਨੇ ਕਿ ਹਨੇਰੇ ਵੱਲ ਨਹੀਂ ਜਾਣਾ, ਪ੍ਰਕਾਸ਼ ਵੱਲ ਜਾਣਾ ਹੈ। ਸੋ ਅੱਜ ਆਪ ਜੀ ਸਾਰੇ ਹੀ ਜਾਣਦੇ ਹੋ, ਬੜੇ ਹੀ ਸਤਿਕਾਰਯੋਗ ਬਾਬਾ ਧਰਮਪਾਲ ਸਿੰਘ ਜੀ ਧਮੋਟ ਵਾਲੇ, ਜਿਨ੍ਹਾਂ ਦੀ ਸਰਪ੍ਰਸਤੀ ਹੇਠ ਇਹ ਸਮਾਗਮ ਮਨਾਇਆ ਜਾ ਰਿਹਾ ਹੈ। ਸੋ ਯਾਦ ਹੈ ਆਪਣੇ ਪਿਆਰਿਆਂ ਦੀ, ਧੰਨ ਧੰਨ ਬਾਬਾ ਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੀ ਯਾਦ, ਸ੍ਰੀ ਮਾਨ ਜੀ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ, ਸੰਤ ਬਾਬਾ ਬਘੇਲ ਸਿੰਘ ਜੀ, ਸੋ ਸਾਧ ਸੰਗਤ ਜੀ, ਜੋ ਇਹਨਾਂ ਦੀ ਕਰਨੀ ਹੈ ਉਹ ਕਹਿਣੀ ਕਥਨੀ ਤੋਂ ਬਾਹਰ ਹੋਇਆ ਕਰਦੀ ਹੈ। ਇੱਕ ਵਾਰ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਚਿੱਠੀ ਆਈ ਕਿ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਜੋ ਜੀਵਨ ਹੈ ਉਹ ਲਿਖਣਾ ਹੈ। ਸੋ ਆਪ ਜੀ ਨੇ ਸੰਤ ਮਹਾਰਾਜ ਜੀ ਨੂੰ ਬੇਨਤੀ ਕੀਤੀ, ਆਪ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਜਿਹੜਾ ਸਾਧੂ ਦਾ ਜੀਵਨ ਹੈ ਕੀ ਲਿਖੋਗੇ, ਬਾਹਰਲੀ ਕਿਰਿਆ ਹੀ ਲਿਖ ਸਕਦੇ ਹਾਂ ਕਿ ਇੰਨੇ ਘੰਟੇ ਭਜਨ ਕਰਦੇ ਰਹੇ, ਇੰਨੀ ਸੇਵਾ ਕੀਤੀ, ਇਸ ਥਾਂ ਦੀਵਾਨ ਲਾਏ, ਪਰ ਜਿਹੜੀ ਅੰਦਰਲੀ ਹੈ ਅਵਸਥਾ ਉਹ ਤਾਂ ਨਹੀਂ ਕੋਈ ਦੱਸ ਸਕਦਾ। ਤਾਂ ਆਪ ਜੀ ਨੇ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਕਿਹਾ, ਕਹਿੰਦੇ ਤੂੰ ਲਿਖ ਸਕਦਾ ਹੈ। ਹੁਣ ਤਰਕਸ਼ੀਲ ਵਾਲੇ ਵੀ ਪ੍ਰੇਮੀ ਹੁੰਦੇ ਨੇ, ਇਹ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਕੁਰਸੀ ਦੇ ਬਚਨ ਨੇ, ਕਹਿੰਦੇ ਮੈਂ ਲਿਖਣ ਦੀ ਕੋਸ਼ਿਸ਼ ਕਰਦਾ, ਮੈਥੋਂ ਲਿਖਿਆ ਨਹੀਂ ਜਾਂਦਾ। ਅਖੀਰ ਵਿੱਚ ਕਹਿੰਦੇ ਨੇ, ਕਹਿੰਦੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਕਰ ਲਓ ਤਾਂ ਸਾਧੂ ਦਾ ਜੀਵਨ ਬਣਦਾ ਹੈ। ਗੁਰਬਾਣੀ ਵਿੱਚ ਵੀ ਆਉਂਦਾ ਹੈ, ਜਿਨ੍ਹਾਂ ਨੇ ਵਿਸਰੇ ਨਾਮ ਸੇ ਘਨੇਹਿਆਂ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆਂ। ਉਹ ਸਾਈਂ ਵਰਗੇ ਹੋ ਜਾਂਦੇ ਨੇ, ਅਕਾਲ ਪੁਰਖ ਵਾਹਿਗੁਰੂ ਵਰਗੇ ਹੋ ਜਾਂਦੇ ਨੇ, ਪਰ ਕਮਾਈਆਂ ਕਿੰਨੀਆਂ ਕਰਨੀਆਂ ਪੈਂਦੀਆਂ ਨੇ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦਾ ਬਚਪਨ ਦਾ ਹੀ ਜੀਵਨ ਆਉਂਦਾ ਹੈ। ਬਚਪਨ ਵਿੱਚ ਹੀ ਆਪ ਦੇ ਮਨ ਵਿੱਚ ਇਹੋ ਲਾਲਸਾ ਰਹਿੰਦੀ ਕਿ ਇਹ ਸੰਸਾਰ ਨੂੰ ਭਜਨ ਬੰਦਗੀ ਵਿੱਚ ਲਾਈਏ, ਪ੍ਰਕਾਸ਼ ਵਿੱਚ ਲੈ ਜਾਈਏ, ਹਨੇਰੇ ਵਿੱਚੋਂ ਕੱਢ ਕੇ। ਇਸੇ ਤਰ੍ਹਾਂ ਹੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਜੀਵਨ ਪੜ੍ਹ ਲਓ, ਛੋਟੀ ਜਿਹੀ ਉਮਰ ਹੈ, ਵਧੌਸੀ ਜਾਂਦੇ ਨੇ ਸੰਤ ਬਾਬਾ ਬੀਰ ਅਮਦਾਸ ਜੀ ਕੋਲ, ਜਿਸ ਤਰ੍ਹਾਂ ਉਹ ਬੈਠੇ ਨੇ ਆਪ ਜੀ ਵੀ ਉਸੇ ਤਰ੍ਹਾਂ ਹੀ ਬੈਠ ਜਾਂਦੇ ਨੇ ਜਾ ਕੇ, ਪਰ ਵਧੌਸੀ ਵਾਲੇ ਮਹਾਂਪੁਰਸ਼ ਕੀ ਬਚਨ ਕਰਦੇ ਨੇ, ਕਹਿੰਦੇ ਇਹਨਾਂ ਦਾ ਸਾਰੇ ਸੰਸਾਰ ਵਿੱਚ ਜਿਹੜਾ ਨਾਂ ਹੈ ਰੋਸ਼ਨ ਹੋਵੇਗਾ। ਆਪਾਂ ਜਾਣਦੇ ਹੀ ਹਾਂ, ਜਿੱਥੇ ਮਰਜ਼ੀ ਚਲੇ ਜਾਓ, ਰਾੜਾ ਸਾਹਿਬ ਰਤਵਾੜਾ ਸਾਹਿਬ ਦਾ ਨਾਂ ਲਵੋ, ਸਾਰੇ ਜਾਣਦੇ ਨੇ। ਉਹਨਾਂ ਨੇ ਸਾਰੀ ਜ਼ਿੰਦਗੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਹੈ। ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ ਦੱਸਿਆ ਕਰਦੇ, ਕਿਉਂਕਿ ਬਹੁਤ ਨੇੜਤਾ ਸੀ। ਇਹ ਜਿੰਨੀ ਵੀ ਰਾੜਾ ਸਾਹਿਬ ਪ੍ਰਵਿਰਤੀ ਹੋਈ ਹੈ, ਬਿਲਡਿੰਗਾਂ ਬਣੀਆਂ ਨੇ, ਇਹ ਛੋਟੇ ਸੰਤ ਜੀ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਬਣੀਆਂ ਨੇ। ਵੱਡੇ ਸੰਤ ਜੀ ਮਹਾਰਾਜ ਤਾਂ ਇਹੀ ਕਿਹਾ ਕਰਦੇ, ਕਹਿੰਦੇ ਟਾਲੀਆਂ ਲਾ ਦਿਓ ਇੱਥੇ ਭਾਈ, ਜਿਨ੍ਹਾਂ ਨੇ ਭਜਨ ਕਰਨਾ ਟਾਲੀਆਂ ਥੱਲੇ ਬੈਠ ਕੇ ਭਜਨ ਕਰੀ ਜਾਣਗੇ।
पर जेड़ा अज सुख आनंद संगतां लै रहियां ने वो छोटे संत जी महाराज जी ने उन्हां दी कृपा नाल लै रहियां ने। सो संत बाबा बलवंत सिंह जी उन्होंने जिहड़ी सेवा कीती है सारी संगत जानती है। इत्थों तक प्रेमी कह दिंदे सी कि जिस तरह लोहे का शरीर है इस तरह 24 घंटे सेवा करनी। बाबा बघेल सिंह जी ने बहुत सेवा कीती। सो इस तरह ही संत बाबा धर्मपाल सिंह जी श्रीमान जी के चरणों में रह के सेवा की। रतवाड़ा साहब भी तकरीबन 1.5 साल संत जी महाराज जी तो बड़िया इन्होंने खुशियां लाइया, क्योंकि वस्तु है जड़ी वस्तु श्रीमान जी कोल सी इन्हां दी। श्रीमान जी दी इन्हां ने अथाह सेवा कीती। सेवा कोई भी करके देख लो, जिहड़ा संत है होमै तो रहत होया करदा है। हर उदा जिहड़ा चुगिरदा हुंदा है दूर तक एनर्जी होया करदी है। सो महापुरश दस्या करदे कहिंदे जदों संगत ने रेरू साहिब जाना दुराहे उतरना उत्थों ही नाम जिहड़ा चलना शुरू हो जाना। हुण आप जी सारे पत्या के देख लवो जिहड़ा साधु है संत है महापुरश है उहदे जदों कोल बैठोंगे ऐटोमैटिक नाम जिहड़ा चेता आउणा शुरू हो जांदा। इसे तरह ही राड़ा साहिब वाले महापुरश आप जी ने दबलाण होना ਤਾਂ ਪਟਿਆਲੇ ਤੋਂ ਹੀ ਸੰਗਤਾਂ ਨੂੰ ਜਿਹੜਾ ਨਾਮ ਹੈ ਉਹ ਚਿੱਤ ਆਉਣਾ ਸ਼ੁਰੂ ਹੋ ਜਾਂਦਾ ਹੈ।